डा डा एक डा ओए क्या ले डा चल थोनू खेचा ला पेचा ओए ला पेचा भाई सिद्धक बेचा लाउन लगा हूं अपने ताए को चढ़िया तो मैं वो दोस्त को उठे हाँ इधर ला पेचा लगा पेचा वड्डी जा आंदा की होवे लगा पेचा लगा लगा फिर पेचा आए हुण वेख ते कहदी जांदी आई बॉय अपना गया वा ओए आई करने आवा किन्ना ढाई हो सभी आंदे आज की कर गए आला यार सोनू हूं तेरी जानी हो ला मामा किन्ना बधाना ही तीन दो जीरो जीरो सोनू वड्डना ही हुण तुक्का तेरा ओए तुक्का पहला लगा ही तेरा सोनू ए वड्डनी हुण चुक दे इनू थले चुक दे गया ही ओए वड़ना दीदकता वड़ना सोनू वड़ना दीदकता गया ओए इधर दस हूं सोनू किदा दा फील हुंदे आ इधर सोनू ने हरमन ने कोर वटाली हरमन की कुटी जांदी पई ते हाले मैं कोठे ते आया नाले बेइज्जती करनी स्टार्ट हो गई इन्हां दी चल ठीक है चल तू डा तो बाद मैं होना
ਆਪਾਂ ਗਾਇਜ਼ ਆਏ ਆ ਹਰਮਨ ਘਰੇ ਮੱਕਰ ਸੰਕ੍ਰਾਂਤੀ ਮਨਾਉਣ, ਮਾਘੀ ਮਨਾਉਣ। ਤੇ ਮਾਘੀ ਤੇ ਹਰਮਨ ਘਰੇ ਬਹੁਤ ਜਾਰੀ ਗੁੱਡੀ ਉੱਡਦੀ ਆ। ਲੋਹੜੀ ਵਾਲੇ ਦਿਨ ਆਪਣੇ ਕੋਲ ਆ ਨਹੀਂ ਪਾਇਆ ਇੱਧਰ, ਕਿਉਂਕਿ ਟਾਈਮ ਬਹੁਤ ਥੋੜਾ ਸੀ ਆਪਣੇ ਕੋਲ, ਕਿਉਂਕਿ ਗੁੱਡੀ ਵੀ ਨਹੀਂ ਚਾਹੀਦਾ ਉੱਡਦੀ ਪਈ ਤੇ ਅੱਜ ਉੱਡਦੀ ਪਈ। ਤੇ ਹੁਣ ਆਪਾਂ ਆਏ ਆ ਤੇ ਗੁੱਡੀ ਵੇਖੋ ਸਾਹਮਣੇ ਗਾਈ, ਉੱਧਰ ਵੇਖੋ ਆਸਮਾਨ ਪੂਰਾ ਭਰਿਆ ਹੀ ਪਿਆ ਗੁੱਡੀਆਂ ਨਾਲ। ਉੱਧਰ ਹੀ ਵੇਖੋ ਸਾਰੇ ਬੰਨੇ, ਆ ਪਿੱਛੇ ਵੀ। ਕਿਉਂ ਸੋਨੂ ਇੱਧਰ ਮੈਂ ਜਾਰੀ ਗੁੱਡੀ ਉੱਡਣ ਦੀ ਹੂੰ। ਕੋਠੇ ਤੇ ਪਹਿਲਾਂ ਮੈਂ ਗੁੱਡੀ ਢੋਣਾ ਪਿਆ ਸੀ, ਉਹ ਮੇਰੇ ਤਾਇਆ ਜੀ ਦਾ ਮੁੰਡਾ ਚੜਿਆ ਆ। ਓਏ ਹੱਥ ਮਾਰ, ਹੁਣ ਮੈਂ ਲਾਉਣਾ ਤੇਰੇ ਨਾਲ ਪੇਚਾ। ਚੱਲ ਠੀਕ ਆ, ਹੁਣ ਆਪਾਂ ਲਾਉਣੇ ਪੇਚਾ ਤੇ ਮੈਂ ਲਾਉਣਾ ਹੁਣ ਉਹਦੇ ਨਾਲ ਪੇਚਾ। ਤੇ ਹਰਮਨ ਗੱਟੂ ਮੇਰੇ ਵਾਲਾ ਮੈਨੂੰ ਫੜਾਓ, ਘੈਂਟ ਜਿਹਾ ਜਿਹੜਾ ਆਹ ਵਾਲਾ ਜਿਹੜਾ ਪਿਆ, ਘੈਂਟ ਜਿਹਾ ਘੈਂਟ ਜਿਹਾ ਇਹੀ ਬੋ ਹੁੰਦਿਆ ਸੀ ਹੁਣ, ਇਹੀ ਬੋ ਹੁੰਦਿਆ ਸੀ ਹੁਣ ਇਹੋ ਬੋ ਹੁੰਦਿਆ ਸੀ। ਵੱਡੂਗਾ ਉਹ ਜਾਓ ਯਾਰ। ਤੇ ਮੈਂ ਕਿਹਾ ਇਸ ਪਹਿਲਾਂ ਉਹਨਾਂ ਦੇ ਘਰੇ ਗੁੱਡੀ ਢੋਣਾ ਪਿਆ ਸੀ, ਉੱਧਰ ਗਿਆ ਸੀ ਤੇ ਮੈਂ ਇਹਨਾਂ ਨਾਲ ਹੀ ਪੇਚੇ ਲਾਉਣਾ ਪਿਆ ਯਾਰ ਮਨੂ ਨਾਲ। ਮੈਂ ਚੱਲ ਵੇਖਦੇ ਹਾਂ ਕੌਣ ਵੱਢ ਪਾਉਂਦੇ ਜਾ ਰਹੀਆਂ। ਤੇ ਤੁਹਾਡਾ ਭਰਾ ਜਿੱਤ ਗਿਆ ਵਾ, ਕਿਉਂ ਹੈ ਨਿਆਣੇ ਹੋ? ਆਹ ਦੋਵੇਂ ਗਏ ਸੀ ਟ੍ਰੇਨਡ ਨੇ ਗੁੱਡੀ ਢੋਣ 'ਚ, ਦੋਵਾਂ ਦੀਆਂ ਦੋ ਦੋ ਵੱਡੀਆਂ। ਮੈਂ ਤੇਰਾ ਨਾਮ ਬਣਾ ਲਈ ਵੜ ਵਢਾਈਆਂ, ਹਾਂ ਇੱਦਾਂ ਕਹਿੰਦੇ ਹੁੰਦੇ ਬਾਅਦ 'ਚ। ਕੋਈ ਨਹੀਂ ਕੋਈ ਨਹੀਂ। ਅਤੇ ਇੱਧਰ ਗਏ ਸੋਨੂੰ ਦਾ ਪੇਚਾ ਲੱਗ ਗਿਆ, ਉਹ ਡੱਬੀਆਂ ਵਾਲਾ ਜਿਹੜਾ ਅੱਗੇ ਗੁੱਡਾ ਸੋਨੂੰ ਦਾ ਵਾ, ਅਤੇ ਆਹ ਗੁੱਡੇ ਨਾਲ ਪੇਚਾ ਲੱਗਾ ਜੀ ਇੱਧਰ। ਅਤੇ ਵੇਖਦੇ ਹੁਣ ਕੀ ਬਣਦਾ। ਇਹ ਲੰਬਾ ਚਲ ਗਿਆ ਪੇਚਾ, ਉਹ ਲੱਗਾ ਵੀ ਆ ਉਧਰ। ਸੋਨੂੰ ਕਹਿੰਦਾ ਇੱਕ ਹੋਰ ਪੇਚਾ ਲੱਗ ਗਿਆ ਮੂਮ ਜਾਮੇ ਵਾਲੀ ਗੁੱਡੀ ਨਾਲ, ਤੇ ਵੇਖੋ ਹੁਣ ਉੱਥੇ ਕੀ ਬਣਦਾ। ਤੇ ਕਹਿੰਦਾ ਤੁਹਾਨੂੰ ਪਤਾ ਨੀ ਲੱਗਣ ਦੇਣਾ ਕਿਹੜੀ ਗੁੱਡੀ ਕਿਹਦੇ ਨਾਲ ਪੇਚਾ ਲੱਗਾ ਵਾ, ਬਸ ਜਦੋਂ ਵੱਡੀ ਜਾਊਗੀ ਉਹਦੀ ਪਤਾ ਲੱਗਣਾ ਵਾ ਕਿ ਸੋਨੂੰ ਨੇ ਵੜਤੀ ਹੁਣ। ਉਹ ਵੜਤਾ ਬਸ ਗਾਈ, ਉਹ ਮੋਮ ਜਾਮੇ ਵਾਲਾ ਜਿਹੜਾ ਗੁੱਡਾ ਸੀ ਉਹ ਸੋਨੂੰ ਨੇ ਢਾਇਆ ਸੀ ਤੇ ਵੜਤੀ ਸੋਨੂੰ ਨੇ। ਸੋਨੂੰ ਸ਼ੁਰੂ ਕਰ ਦਿੱਤਾ ਕਿ ਪੌੜੀ ਪਰ ਮੇਰੇ ਕੋਲ ਵਢਾਈਆਂ ਤੂੰ ਹਣਾ, ਚਲੋ ਪਰ ਮੈਂ ਪੰਜ ਵੱਡੀਆਂ ਤੁਹਾਡੀਆਂ, ਦੋ ਸੋਨੂੰ ਦੀਆਂ ਇੱਕ ਇਹਦੀ ਦੋ ਤੇਰੀਆਂ, ਭਰਾ ਪੰਜ ਹੋਈਆਂ ਵਾ, ਦੋ ਦੀਆਂ ਇੱਕ ਇਹਦੀ ਤੇ ਦੋ ਤੇਰੀਆਂ, ਛੇ ਵੱਡੀਆਂ। ਮੈਂ ਛੇ ਵੱਡੀਆਂ, ਮੈਂ ਉੱਧਰ ਵੇਖ ਉਹ ਕਹਿਣ ਦਿਆ ਇੱਧਰ ਇੱਧਰ ਕਿ ਇੱਕ ਸਹਿਵਾਗ ਦੀ ਵੱਡੀ ਆ। ਅੱਛਾ ਜੀ, ਅੱਛਾ ਛੇ ਜੇ ਛੇ ਉਹਨੇ ਢਾਈਆਂ ਵਾ, ਠੀਕ ਆ ਸਿਆਣੇ ਗਏ ਜਾ ਹੋ ਰਹਿ ਗਏ ਬਸ। ਤੇ ਬਸ ਗਈ ਅੱਜ ਦੀ ਵੀਡੀਓ ਇੰਨੀ ਕੁ ਹੀ, ਆਪਾਂ ਵਾਹਵਾ ਪੇਚੇ ਲਾੜੇ ਆ। ਇੱਥੇ ਆਣ ਕੇ ਜਾਰਾ ਨਜ਼ਾਰਾ ਆਇਆ ਮੈਨੂੰ ਆਪਣੇ ਘਰ ਨਾਲੋਂ, ਹਨਾ ਸੋਨੂੰ ਗੁੱਡਾ ਹਲੇ ਵੀ ਨਹੀਂ ਹੋਇਆ ਵੇਲਾ, ਗੁੱਡਾ ਆਪਣਾ ਹਲੇ ਵੀ ਉੱਡਦਾ ਪਿਆ ਵਾ, ਇਹ ਮੈਨੂੰ ਲੱਗਦਾ ਘਰੇ ਵਾਪਸੀ ਆਊਗਾ, ਇਹ ਵੱਡਿਆਂ ਤੇ ਜਾਣਾ ਨਹੀਂ ਆ। ਤੇ ਬਸ ਗਈ ਅੱਜ ਦੀ ਵੀਡੀਓ ਇੰਨੀ ਹੀ, ਆਈ ਹੋਪ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ। ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ, ਕਮੈਂਟ ਕਰੋ ਤੇ ਸ਼ੇਅਰ ਜ਼ਰੂਰ ਕਰਿਓ ਆਪਣੇ ਯਾਰਾਂ ਵੇਲਿਆਂ ਨਾਲ ਵੀਡੀਓ ਨੂੰ। ਅਤੇ ਜੇ ਤੁਸੀਂ ਚੈਨਲ 'ਤੇ ਨਵੇਂ ਜੇ ਚੈਨਲ ਯਾਰ ਪਲੀਜ਼ ਸਬਸਕ੍ਰਾਈਬ ਕਰ ਦਿਓ, ਗਲਾ ਬੈਠਾ ਮੇਰਾ, ਅਤੇ ਪਲੀਜ਼ ਯਾਰ ਕਰ ਦਿਓ ਸਬਸਕ੍ਰਾਈਬ ਅਤੇ ਬੈਲ ਆਈਕਨ ਜ਼ਰੂਰ ਔਨ ਕਰਿਓ। ਅਤੇ ਓਕੇ ਬਾਏ।